ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਇੰਦਰਪ੍ਰੀਤ ਸਿੰਘ, ਬੰਗਾ ਜ਼ਿਲ੍ਹਾ ਨਵਾਂਸ਼ਹਿਰ। ਅੱਜ ਅਸੀਂ ਆਪਣੀ ਨਵੀਂ ਮਸ਼ੀਨਾਂ ਬਾਰੇ ਗੱਲ ਕਰਨ ਜਾ ਰਹੇ ਹਾਂ, ਅਤੇ ਉਹ ਤੋਂ ਪਹਿਲੇ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਇੰਟਰੋਵੀਟਰ, ਰੋਟਾਵੇਟਰ, ਲੇਜ਼ਰ ਲੈਂਡ ਲੈਵਲਰ ਸਾਰੀਆਂ ਮਸ਼ੀਨਾਂ ਸਟਾਕ 'ਚ ਨੇ ਜੀ। ਰੋਟਾਵੇਟਰ 7 ਫੁੱਟ ਤੋਂ ਲੈ ਕੇ 10 ਫੁੱਟ ਤੱਕ ਨੇ ਜੀ, ਔਰ ਲੇਜ਼ਰ ਲੈਂਡ ਲੈਵਲਰ 7 ਤੋਂ ਲੈ ਕੇ ਆਪਣੇ ਕੋਲ 9 ਫੁੱਟ ਤੱਕ ਨੇ ਜੀ ਸਟਾਕ 'ਚ। ਸਾਰਿਆਂ ਨਾਲੋਂ ਪਹਿਲੇ ਗੱਲ ਕਰਦੇ ਹਾਂ ਜੀ ਆਪਾਂ ਆਪਣੀ ਨਵੀਂ ਬਕਟ ਡਰੈਗਨ ਬਕਟ ਦੇ ਬਾਰੇ। ਇਹ ਜਿੱਦਾਂ ਤੁਸੀਂ ਦੇਖ ਸਕਦੇ ਹੋ ਬਕਟ ਆਪਣੀ 7 ਫੁੱਟ ਹੀ ਹੈ, ਲੇਕਿਨ ਆਪਾਂ ਇਹਨੂੰ ਵੱਡਾ ਕਰ ਸਕਦੇ ਹਾਂ। ਦੋਨੋਂ ਸਾਈਡ 'ਤੇ ਇਹਦੇ 8-8 ਨਟ ਲੱਗੇ ਹੋਏ ਨੇ, ਇਹਨੂੰ ਖੋਲ੍ਹ ਕੇ ਆਪਾਂ ਵੱਡਾ ਕਰ ਸਕਦੇ ਹਾਂ। ਯਾਨੀ ਜੇ ਆਪਾਂ ਮੁੱਲ ਦਾ ਕੰਮ ਕਰਦੇ ਹਾਂ ਤਾਂ ਆਪਾਂ 7 ਫੁੱਟ ਹੀ ਚਲਾ ਸਕਦੇ ਹਾਂ, ਜੇ ਆਪਾਂ ਟਰੈਕਟਰ ਆਪਣੇ ਕੋਲ ਬੜਾ ਤਾਂ ਇਹਨੂੰ ਜੇ ਆਪਾਂ 8 ਫੁੱਟਾਂ ਕਰ ਲਈਏ, 9 ਫੁੱਟਾਂ ਕਰ ਲਈਏ ਘਰ ਦੇ ਕੰਮ ਵਾਸਤੇ ਟਰੈਕਟਰ ਦੀ ਪਾਵਰ ਦੇ ਹਿਸਾਬ ਨਾਲ। ਉਸ ਤੋਂ ਇਲਾਵਾ ਦੇਖੋਗੇ ਇਹਦੇ 'ਚ ਤੁਹਾਨੂੰ ਪਾਵਰ ਮਾਸਟਰ ਫੀਚਰ ਮਿਲ ਰਿਹਾ। ਇਹਦੇ ਜਿਵੇਂ ਆਪਾਂ ਨੋਰਮਲ ਕਰਾਹ ਦੇ ਵਿੱਚ ਆਪਾਂ ਰਿਸੀਵਰ ਨੂੰ ਅਪਡਾਊਨ ਕਰਨ ਵਾਸਤੇ ਆਪਾਂ ਘੁਮਾਉਂਦੇ ਹਾਂ ਜੀ, ਇੱਥੇ ਆਪਣਾ ਬਟਨ ਸਿਸਟਮ ਲੱਗਿਆ ਹੋਇਆ, ਆਪਾਂ ਰਿਸੀਵਰ ਅਪਡਾਊਨ ਕਰਨ ਦੇ ਲਈ ਆਪਾਂ ਨੂੰ ਘੁਮਾਉਣ ਦੀ ਲੋੜ ਨਹੀਂ, ਇਹਦੇ ਬਟਨ ਤੋਂ ਆਪਣਾ ਸਾਰਾ ਕੰਟਰੋਲ ਹੋ ਜਾਏਗਾ। ਅਤੇ ਇਹਦੇ 'ਚ ਆਪਣੀ ਬਕਟ ਦਾ ਡਿਜ਼ਾਇਨ ਦਾ ਫਰਕ ਹੈ, ਮਗਰ ਟੂਲ ਬਕਸੇ ਦਾ ਫਰਕ ਹੈ, ਫਿਰ ਇਹਦੀ ਜਿਹੜੀ ਮੂਹਰੇ ਹੁੱਕ ਹੈ ਉਹ ਐਡਜਸਟੇਬਲ ਹੈ, ਪਿੱਛੋਂ ਹਿੱਸੇ ਦਾ ਫਰਕ ਪਾਇਆ। ਅਤੇ ਇਹਦੇ 'ਚ ਕਾਫੀ ਆਪਣੀ ਕਹਿ ਲਓ ਕੰਪਨੀ ਨੇ ਸੋਧ ਕੀਤੀ ਹੈ, ਅਤੇ ਆਪਣੇ ਕੋਲ 7 ਤੋਂ ਲੈ ਕੇ 9 ਫੁੱਟ ਤੱਕ ਆਪਣੀਆਂ ਬਕਟਸ ਅਵੇਲੇਬਲ ਹੈ। ਉਸ ਬਾਅਦ ਆ ਜਾਂਦਾ ਜੀ ਰੋਟਾਵੇਟਰ, ਇਹ ਆਪਣੀ ਨਵੀਂ ਸੀਰੀਜ਼ ਆਈ ਜੀ ਜੈਗਲਰ ਸੀਰੀਜ਼। ਇਹ 'ਚ ਆਪਣਾ ਸੁਪਰ ਹੈਵੀ ਗੇਅਰ ਬੋਕਸ ਯੂਜ਼ ਕੀਤਾ ਜਾਂਦਾ, ਮਾਰਕੀਟ 'ਚ ਆਮ 11-20 ਜਾਂ 11-20 ਚੱਲਦਾ, ਇਹ 13-23 ਗੇਅਰ ਇਹਦਾ ਸੈਂਟਰ, ਔਰ 21-36-26 ਇਹਦਾ ਸਾਈਡ ਗੇਅਰ ਹੈ। ਤਾਂ ਇੱਕ ਫੁੱਲ ਹੈਵੀ ਦੇ ਵਿੱਚ ਹੈ, ਬੋਡੀ ਵੀ ਇਹਦੀ ਹੈਵੀ ਹੈ। ਆਪਣੇ ਜਿਵੇਂ ਨਵਾਂਸ਼ਹਿਰ ਏਰੀਆ 'ਚ ਉੱਧਰ ਜਾਡਲੇ ਸਾਈਡ ਹੈ ਜਾਂ ਬੰਗੇ ਇੱਧਰ ਤਾਰਪੁਰ ਸਾਈਡ ਪੂਰੀ ਕਾਲੀ ਮਿੱਟੀ ਹੈ, ਸਖਤ ਹੈ, ਡਾਕਰ ਹੈ, ਤਾਂ ਜਿੰਨੀ ਮਰਜ਼ੀ ਸਖਤ ਮਿੱਟੀ ਹੈ, ਨਾ ਟਰੈਕਟਰ 'ਤੇ ਲੋਡ ਹੈ, ਨਾ ਮਸ਼ੀਨ ਵਾਈਬ੍ਰੇਟ ਕਰਦੀ ਹੈ, ਨਾ ਧੜਕਣ ਦੀ ਕੋਈ ਪ੍ਰੋਬਲਮ, ਪੂਰਾ ਐਨ ਵਧੀਆ ਜੰਮ ਕੇ ਚੱਲਦਾ ਜੀ ਆਪਣਾ ਰੋਟਾਵੇਟਰ। ਉਸ ਤੋਂ ਇਲਾਵਾ ਆ ਜਾਂਦਾ ਜੀ ਆਪਣਾ ਗੰਨੇ ਵਾਲਾ ਬੀਡਰ ਜੀ, ਇਹ ਤੁਸੀਂ ਦੇਖ ਸਕਦੇ ਹੋ ਆਪਣਾ ਫੁੱਲੀ ਗੇਅਰ ਡਰਾਈਵ ਬੀਡਰ ਹੈ ਜੀ। ਆਮ ਮਾਰਕੀਟ ਦੇ ਵਿੱਚ ਕੀ ਹੁੰਦਾ ਵੀ ਸਿੰਗਲ ਗੇਅਰ ਲੱਗਿਆ ਹੁੰਦਾ ਸੈਂਟਰ 'ਚ, ਅਤੇ ਇਹ ਸਾਰੇ ਫ੍ਰੀ ਤੁਰਦੇ ਨੇ ਜੀ। ਆਪਣਾ ਸਾਰਿਆਂ ਨੂੰ ਜਿਹੜੀ ਹੈ ਇਕੱਲੇ ਇਕੱਲੇ ਗੇਅਰ ਦੇ ਨਾਲ ਡਰਾਈਵ ਦਿੱਤੀ ਹੋਈ ਹੈ ਜੀ, ਯਾਨੀ 3 ਗੇਅਰ ਇਕੱਲੀ ਇਕੱਲੀ ਰੋਹ ਦੇ ਨਾਲ ਲੱਗੇ ਹੋਏ ਨੇ, 1 ਸੈਂਟਰ ਗੇਅਰ ਦੇ ਨਾਲ ਇਹ ਸਾਰੇ ਗੇਅਰਸ ਕਨੈਕਟਡ ਹੈ। ਉਸ ਤੋਂ ਇਲਾਵਾ ਤੁਸੀਂ ਉੱਪਰ ਰਕਾਬਾਂ ਵੀ ਲੱਗੀਆਂ ਦੇਖ ਸਕਦੇ ਹੋ ਵੀ ਜਿਸ ਹਿਸਾਬ ਨਾਲ ਆਪਣੀ ਬਿਜਾਈ ਹੈ 26 ਇੰਚ 28 ਇੰਚ, ਆਪਾਂ ਨੇੜੇ ਦੂਰ ਵੀ ਕਰ ਸਕਦੇ। ਸਾਡੇ ਕੋਲ ਸਾਰੀ ਮਸ਼ੀਨਸ ਦਾ ਸਟਾਕ ਅਵੇਲੇਬਲ ਹੈ, ਅਤੇ ਕਰੋ ਜੀ ਸਾਨੂੰ ਵਿਜ਼ਿਟ। ਜਗਜੀਤ ਬੰਗਾ।